ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਆਪਣੇ ਦੋਸਤਾਂ ਵਾਸਤੇ ਇੱਕ ਅੱਛੀ ਤੇ ਬਿਹਤਰੀਨ ਵੀਡੀਓ ਲੈ ਕੇ ਆਵਾਂ। ਅੱਜ ਵੀ ਤੁਹਾਡੇ ਵਾਸਤੇ ਇੱਕ ਛੋਟੀ ਦੀ ਵੀਡੀਓ ਲੈ ਕੇ ਆਇਆ। ਵੀਡੀਓ ਵੇਖਣ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਦੋਸਤਾਂ ਤੱਕ ਬਆਸਾਨੀ ਪਹੁੰਚ ਸਕੇ। ਸਾਡਾ ਰਾਬਤਾ ਨੰਬਰ ਹੁੰਦਾ 0348-0668-8488, ਇਹੀ ਸਾਡਾ ਵਟਸਐਪ ਨੰਬਰ, ਇਹੀ ਸਾਡਾ ਈਮੇਲ ਨੰਬਰ ਹੈ। ਕੈਮਰਾਮੈਨ ਸਾਹਿਬ ਲਾਓ ਜ਼ਰਾ ਛੋਟੀ ਦਾ ਕੈਮਰਾ। ਹਰ ਸ਼ੈ ਕੈਮਰੇ ਨਜ਼ਰ 'ਚ ਹੋਏਗੀ ਮਾਸ਼ਾਅੱਲਾ। ਮੁੱਛ ਬੱਗੀ ਦੀ ਝੋਟੀ ਹੈ, ਮੱਥਾ ਸਫੈਦ ਹੈ, ਕਿੰਗਰੀ ਵਾਲੇ ਸਿੰਘ ਨੇ ਜਨਾਬ ਇਹਦੇ, ਅੱਖਾਂ ਮਾਸ਼ਾਅੱਲਾ ਇਹਦੀਆਂ ਬਿਲਕੁਲ ਬਲਬਾ ਰੰਗੀਆਂ ਨੇ। ਕੈਮਰਾਮੈਨ ਤਸੱਲੀ ਕਰਾ ਰਿਹਾ ਤੁਹਾਨੂੰ, ਪੈਰ ਮਾਸ਼ਾਅੱਲਾ ਇਹਦੇ ਸਫੈਦ ਨੇ, ਪਿਛਲੇ ਪਹਿਲੇ ਨੇ ਦੂਜੇ ਨੇ, ਜੋ ਵੀ ਇਹਦਾ ਹਿਸਾਬ ਕਿਤਾਬ ਹੈ। ਪਾਰੀ ਕੋਲ ਖਲੋਤੇ ਨੇ, ਇਨਸ਼ਾਅੱਲਾ ਉਹਨੇ ਜ਼ਬਾਨੀ ਤੁਹਾਨੂੰ ਪੁਛਵਾਵਾਂਗੇ। ਕੈਮਰਾਮੈਨ ਤਸੱਲੀ ਕਰਾ ਰਿਹਾ ਇਹਦੀ, ਬਰੀਕ ਚਮੜੀ, ਪਿਓਰ ਨੀਲੀ ਦਾ ਬ੍ਰਾਂਡ ਹੈ। ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਦੋਸਤਾਂ ਵਾਸਤੇ ਨੀਲੀ ਦਾ ਬ੍ਰਾਂਡ ਲੈ ਕੇ ਆਈਏ। ਅੱਜ ਵੀ ਤੁਹਾਡੇ ਵਾਸਤੇ ਇੱਕ ਨੀਲੀ ਦਾ ਤੋਹਫ਼ਾ ਲੈ ਕੇ ਆਇਆ। ਮੈਂ ਉਮੀਦ ਕਰਾਂਗਾ ਕਿ ਮੇਰੇ ਦੋਸਤ ਵੇਖਣਗੇ, ਪਸੰਦ ਵੀ ਕਰਨਗੇ ਤੇ ਲਾਈਕ ਵੀ ਕਰਨਗੇ, ਸ਼ੇਅਰ ਵੀ ਕਰਨਗੇ। ਮੈਂ ਟੁੱਟੀ ਇਸ ਵਾਸਤੇ ਵਿਖਾਈ ਦੀਏ ਕਿ ਪੈਰ ਤਾਂ ਨਹੀਂ ਛੱਡਦੀ ਝੋਟੀ, ਸੋਹਣੇ ਪੈਰ ਰੱਖਦੀ, ਲੇਵਾ ਵੀ ਮਾਸ਼ਾਅੱਲਾ ਖੂਬਸੂਰਤ ਹੈ। ਵਿਖਾਓ ਜਨਾਬ, ਕੈਮਰੇ ਨਜ਼ਰ 'ਚ ਕਰੋ। ਚਲ ਪਾ ਖੜੀ ਰਹਿਣ ਦਿਓ, ਐ ਇਹਦਾ ਬੱਚਾ ਵੀ ਕੈਮਰਾਮੈਨ ਸਾਹਿਬ ਨਜ਼ਰ 'ਚ ਕਰੋ, ਕੱਟੀ ਜਾਂ ਕੱਟਾ ਹੈ? ਕੱਟਾ ਕੱਟਾ ਹੈ ਜਨਾਬ, ਤੇ ਤਾਜ਼ੀ ਸੂਈ ਵੀ ਜਨਾਬ, ਕੱਲ ਸੂਈ ਤੇ ਆਪਾਂ ਪਾ ਨਾ ਕੱਲ ਕਰਾਂਗੇ। ਬਾਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਅਸਲਾਮ, ਕੀ ਨਾਮ ਭਾਜੀ? ਮੁਹੰਮਦ ਅਸਲਮ। ਮੁਹੰਮਦ ਅਸਲਮ, ਸਾਰਿਆਂ ਤੋਂ ਪਹਿਲੇ ਤੁਸੀਂ ਇਹ ਦੱਸਣਾ ਕਿ ਚੋਟੀ ਤੁਹਾਡੀ ਘਰ ਦੀ ਜਾਂ ਖਰੀਦੀ ਹੋਈ? ਘਰ ਦੀ। ਘਰ ਦੀ? ਇਹ ਕਿਹੜੀ ਜੂਨ 'ਚ ਤੁਸੀਂ ਖੜੇ ਜੋ? ਇਹ ਨੀਲੀ ਹੈ। ਨੀਲੀ? ਨੀਲੀ ਦੀਆਂ ਨਿਸ਼ਾਨੀਆਂ ਕੀ ਨੇ? ਤੁਸੀਂ ਹਰ ਬੰਦਾ ਹੀ ਨੀਲੀ ਨੀਲੀ ਕਰਦਾ ਹੈ। ਨੀਲੀ ਦੀ ਨਿਸ਼ਾਨੀ ਜੀ ਆ, ਵੇਖੋ ਨਾ, ਬਰੀਕ ਚਮੜੀ ਹੋਏਗੀ ਮਾਝ ਦੀ, ਹੱਡੀ ਇੱਕ ਹੋਏਗੀ ਮਾਝ ਦੀ, ਸਾਫ ਸੁਥਰੀ ਦੋਈ, ਅੱਖ ਸਫੈਦ ਹੋਏਗੀ, ਬਰੀਕ ਹੈ ਜੇ ਵੇਖੋ ਨਾ, ਚਮੜੀ ਤਮਾਮ ਹੀ ਬਰੀਕ ਹੋਏ। ਅੱਛਾ, ਤੁਸੀਂ ਇਹ ਦੱਸਣਾ ਫਿਰ ਵੀ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹਨੂੰ ਅੱਜ 24 ਘੰਟੇ ਹੋ ਗਏ। 24 ਘੰਟੇ? ਤੇ ਝੋਟੀ ਸੂਆ ਪਹਿਲਾਂ ਸੂਈ ਕੇ ਦੂਸਰਾ? ਪਹਿਲਾਂ। ਗਰੰਟੀ ਆ? ਗਰੰਟੀ ਆ, ਮੈਲਾ ਨਾਲ ਲੱਗਾ ਹੋਇਆ। ਕੈਮਰਾਮੈਨ ਸਾਹਿਬ, ਕੈਮਰੇ ਨਜ਼ਰ 'ਚ ਹੋਣਾ ਚਾਹੀਦਾ। ਇਹਦੇ ਦੰਦ ਦਾ ਵਿਖਾਓ, ਦੰਦ ਚੌਕ ਦੇ ਖੜਦੀ ਪਈ, ਚੌਕ ਵਿਖਾਓ ਜ਼ਰਾ। ਕੈਮਰਾਮੈਨ ਸਾਹਿਬ, ਕੈਮਰੇ ਨਜ਼ਰ 'ਚ ਹੋਣੇ ਚਾਹੀਦੇ ਨੇ। ਅਸੀਂ ਆ ਨੀਲੀ ਦੀਆਂ ਨਿਸ਼ਾਨੀਆਂ ਹਨ ਜੀ, ਆ ਦੇਖੋ ਚੌਕ ਦੇ ਖੜਦੀ ਪਈ, ਠੀਕ ਹੋ ਗਿਆ ਵੇਖ। ਅਸੀਲ ਠੀਕ ਹੋ ਗਿਆ ਭਾਈ ਜਾਨ, ਠੀਕ ਹੋ ਗਿਆ। ਮੱਝ ਨੀਲੀ ਦੀਆਂ ਨਿਸ਼ਾਨੀਆਂ ਜੀ, ਥੱਲੇ ਬਹਿ ਜਾਓ, ਮੱਝ ਪੈਰ ਨਹੀਂ ਚੁੱਕੇਗੀ। ਸੀਲ ਸਗੋਂ ਝੁੱਟੀ ਹੈ। ਦੋਸਤਾਂ ਦੇ ਹਰ ਸ਼ਹਿਰ ਨਜ਼ਰ 'ਚ ਕਰ ਰਹੇ ਹਾਂ ਕਿ ਕੋਈ ਚੀਜ਼ ਜਿਹੜੀ ਕੈਮਰੇ ਦੀ ਨਜ਼ਰ 'ਚ ਦੂਰ ਨਾ ਹੋਵੇ। ਅੱਛਾ ਭਾਅ ਜੀ, ਇਹ ਧੁੰਨੀ ਕੌੜੀ ਜਿਹੜੀ ਕਹਿੰਦੇ ਨੇ, ਇਹ ਧੁੰਨੀ ਕੌੜੀ ਤਾਂ ਸਾਫ਼ ਪਲੇਨ ਬਿਲਕੁਲ ਸਾਫ਼ ਹੈ। ਅੱਛਾ, ਇਹਦੇ ਥੱਲੇ ਹੁਣ ਬੋਹੜਾ ਕਿੰਨਾ ਕੁ ਹੈ? ਤਾਂ ਪਹਿ ਲੈਣੀ ਹੈ ਜੇ ਇਹ ਅਸੀਂ 2-2.5 ਕਿਲੋ 'ਚ ਹੋਇਆ ਬੋਹੜਾ। ਹਾਂ, 3 ਕਿਲੋ ਕਰ ਲਓ, ਕਿਉਂਕਿ 21 ਦਿਨਾਂ ਬਾਅਦ ਦੋਸਤ ਆਉਣਗੇ ਨੀਲੀ ਜੀ। ਇਹਦੀ ਮਾਂ 15-16 ਕਿਲੋ ਦਿੰਦੀ ਮਾਸ਼ਾਅੱਲਾ। ਅੱਛਾ ਪਾ, ਹੁਣ ਆਪਾਂ ਨਾ ਵੇਚਣੀ ਹੈ, ਠੀਕ ਹੈ? ਛੁੱਟੀ ਤੁਹਾਡੀ ਸੋਹਣੀ ਹੈ ਮਾਸ਼ਾਅੱਲਾ, ਖੂਬਸੂਰਤ ਹੈ, ਮੁੱਛ ਬੱਗੀ ਹੈ ਇਹਦੀ ਜਨਾਬ, ਮੱਥਾ ਸਫੈਦ ਹੈ, ਆ ਕੱਟਾ ਵੀ ਮਾਸ਼ਾਅੱਲਾ ਇਹਦਾ ਸੋਹਣਾ ਹੈ। ਇਹ ਆਪਾਂ ਪਿਆਰ ਮੁਹੱਬਤ ਵਾਲਾ ਰੇਟ ਪੁੱਛਣਾ ਹੈ। ਹਾਂਜੀ, ਥਣਾਂ ਦੇ ਵਿੱਚ ਫੁਹਾਰ ਛੱਟਾਂ ਦੇ ਕੋਈ ਨਹੀਂ? ਹਾਂ, ਭਾਵੇਂ ਹੁਣ ਮਾਰ ਲਾ ਦਾਰ, ਬਿਲਕੁਲ ਗਰੰਟੀ ਹੈ। ਦੇਖੋ ਯਾਰ, ਕੈਮਰਾਮੈਨ ਸਾਹਿਬ ਕੈਮਰੇ ਨਜ਼ਰ 'ਚ ਕਰੋ। ਠੀਕ ਹੈ, ਠੀਕ ਹੈ ਭਾਈ ਜਾਨ, ਜਦੋਂ ਫਿਰ ਲਵਾਂ। ਮਾਸ਼ਾਅੱਲਾ, ਹਰ ਸ਼ਹਿ ਕੈਮਰੇ ਨਜ਼ਰ 'ਚ ਹੈ ਮਾਸ਼ਾਅੱਲਾ, ਮਾਸ਼ਾਅੱਲਾ, ਠੀਕ ਹੈ ਭਾਅ ਜੀ। ਅੱਛਾ, ਹੁਣ ਇਹਦਾ ਪਿਆਰ ਮੁਹੱਬਤ ਵਾਲਾ ਖੜੀ ਰਹਿੰਦਾ? ਕੋਈ ਨਹੀਂ, ਖੜੀ ਰਹਿੰਦਾ, ਇੱਧਰ ਆਓ।
ਅੱਛਾ ਹੁਣ ਪਾ ਆਪਾਂ ਵੇਚਣੀ ਹੈ ਛੋਟੀ ਤੋਂ, ਠੀਕ ਹੈ? ਤੇ ਇਹ ਸਾਡੇ ਦੋਸਤ ਨੇ ਨਾ ਜਿਹੜੇ ਜ਼ਿਆਦਾ ਨੀਲੀ ਦਾ ਨੀਲੀ ਨੀਲੀ ਕਰਦੇ ਨੇ, ਇਹਨਾਂ ਵਾਸਤੇ ਬਿਲਕੁਲ ਠੀਕ। ਅੱਛਾ ਹੁਣ ਪਿਆਰ ਮੁਹੱਬਤ ਦਾ ਰੇਟ ਦੱਸੋ। 2.5 ਲੱਖ ਰੁਪਏ ਤੁਹਾਡੇ ਪਾਸ, ਜ਼ਿਆਦਾ ਨੀ ਹੈਗਾ? ਨਹੀਂ ਯਾਰ, ਸਾਵਣ ਬਹਾਦਰ ਚੰਗੀ ਮਾਜ ਦਾ, ਸਾਵਣ ਬਹਾਦਰ ਨੀਲੀ। ਅੱਛਾ ਕੋਈ ਪਿਆਰ ਮੁਹੱਬਤ ਹੋਏਗਾ? ਪਿਆਰ ਮੁਹੱਬਤ ਮੌਕੇ ਤੇ ਕਰ ਲਵਾਂਗੇ, ਕੋਈ ਵਾਧਾ ਘਾਟਾ, ਯਾਨੀ ਕਿ ਮੌਕੇ ਤੇ ਕਰੋਗੇ? ਹਾਂਜੀ। ਲਓ ਮੇਰੇ ਦੋਸਤੋ, 2.5 ਲੱਖ ਰੁਪਏ ਜੋ ਪਿਆਰ ਮੁਹੱਬਤ ਨਾਲ ਜੋ, ਤੇ ਪਿਆਰ ਮੁਹੱਬਤ ਲਾਜ਼ਮੀ ਅਸੀਂ ਕਰਾਉਂਦੇ ਹੁੰਦੇ ਹਾਂ, ਤਾਂ ਕਿ ਸਾਡੇ ਜਿਹੜੇ ਦੋਸਤ ਖਰੀਦਣ ਵਾਲੇ ਹੁੰਦੇ ਨੇ ਉਹਨਾਂ ਦੇ ਨਾਲ ਸਾਡੀ ਮੁਹੱਬਤ ਹੁੰਦੀ ਹੈ। ਪਿਓਰ ਨੀਲੀ ਦੀ ਛੋਟੀ ਹੈ, ਪਹਿਲਾਂ ਸੂਆ ਸੋਈ ਹੋਈ ਹੈ ਜਨਾਬ, ਤੇ ਤਾਜ਼ੀ ਅਜੇ 24 ਘੰਟੇ ਹੋ ਗਏ ਨੇ ਸੂਈ ਨੂੰ, ਮੈਲਾ ਨਾਲ ਲੱਗਿਆ ਖੜਾ, ਤੇ ਸੋਹਣੀ ਤੇ ਖੂਬਸੂਰਤ ਹੈ, ਨੀਲੀ ਦਾ ਬ੍ਰਾਂਡ ਹੈ। ਤੇ ਇਨਸ਼ਾਅੱਲਾ ਤਾਲਾ ਜਿਹੜਾ ਵੀ ਮੇਰਾ ਭਾਈ ਲਵੇਦਾ ਇਨਸ਼ਾਅੱਲਾ ਯਾਦ ਕਰੂਗਾ, ਭਾਈ ਰੇ ਤੁਹਾਨੂੰ ਤਾਰਾ ਹੀ ਮਾਰ ਕੇ ਵਿਖਾ ਰਹੇ ਨੇ, ਥਾਣੇ ਕੋਈ ਇਹਦੀ ਜਨਾਬ ਕਿਸੇ ਕਿਸਮ ਦਾ ਡਿਫੈਕਟ ਨਹੀਂ ਹੈਗਾ। ਸਾਡਾ ਰਾਬਤਾ ਨੰਬਰ ਨੋਟ ਕਰ ਲਓ, 0348-0-68-84-68। ਅਸੀਂ ਉਮੀਦ ਕਰਾਂਗੇ ਕਿ ਸਾਰੀ ਵੀਡੀਓ ਤੁਹਾਨੂੰ ਪਸੰਦ ਆਏਗੀ, ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ, ਸਾਡੇ ਚੈਨਲ ਨੂੰ ਲਾਜ਼ਮੀ ਕਰਨਾ ਸਬਸਕ੍ਰਾਈਬ, ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਕਰਨਾ ਹੁੰਦਾ ਪ੍ਰੈਸ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਹੁਣ ਤੁਹਾਨੂੰ ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ। ਅੱਲਾ ਨਿਗਹਿਬਾਨ ਤੇ ਪਾਕਿਸਤਾਨ ਜ਼ਿੰਦਾਬਾਦ।